ਸਤਿ ਸ਼੍ਰੀ ਅਕਾਲ ਸਿੱਧੂ ਜੀ। ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ? ਬਹੁਤ ਵਧੀਆ ਜੀ। ਤੁਹਾਡਾ ਯੂਕੇ ਦਾ ਟੂਰ ਕਿਵੇਂ ਜਾ ਰਿਹਾ ਸੋ ਫਾਰ? ਬਹੁਤ ਘੈਂਟ ਜੀ ਤੇ ਸਾਰਿਆਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਤੇ ਬਹੁਤ ਬਹੁਤ ਥੈਂਕਫੁਲ ਹਾਂ ਤੇ ਜਿੰਨੀ ਵੀ ਸ਼ੋਅ ਤੇ ਬਹੁਤ ਬਹੁਤ ਸ਼ੁਕਰੀਆ ਦਾ ਤੇ ਗਾਣਿਆਂ ਨੂੰ ਪਿਆਰ ਕਰਦੇ ਹੋ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਹਾਂਜੀ ਤੇ ਆਫ ਕੋਰਸ ਯੂਕੇ ਦੇ ਵਿੱਚ ਤੁਸੀਂ ਇਸ ਵਾਰ ਕਿਸੇ ਹੋਰ ਤਰੀਕੇ ਦੇ ਨਾਲ ਆਏ ਸੀ। ਯੂ ਕੇਮ ਟੂ ਦੀ ਅਵਾਰਡਸ ਤੇ ਅਵਾਰਡਸ ਦਾ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ? ਕਿੱਦਾਂ ਦਾ ਲੱਗਾ ਵੈਂਬਲੀ ਦੇ ਵਿੱਚ ਪਰਫਾਰਮ ਕਰਕੇ? ਵਧੀਆ ਹੀ ਸੀਗਾ ਜੀ ਸਾਰਾ ਕੁਛ ਤੇ ਅਵਾਰਡਸ ਤਾਂ ਯਾਨੀ ਕਿ ਪ੍ਰਾਇਓਰਟੀਜ਼ ਵਾਲੀ ਗੱਲ ਆ ਜਾਂਦੀ ਹੈ। ਮੇਰੀ ਅਵਾਰਡ ਨਾਲੋਂ ਆਡੀਅੰਸ ਜ਼ਿਆਦਾ ਪ੍ਰਾਇਓਰਟੀ ਹੈ ਪਰ ਫਿਰ ਵੀ ਉਹਨਾਂ ਦੇ ਪਿਆਰ ਸਦਕਾ ਹੀ ਸਾਰਾ ਕੁਛ ਹੋਇਆ ਅਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਬ੍ਰਿਟਿਸ਼ ਵਾਲਿਆਂ ਦਾ ਸਾਰਿਆਂ ਦਾ ਸ਼ੁਕਰੀਆ ਅਤੇ ਸਭ ਤੋਂ ਜ਼ਿਆਦਾ ਸ਼ੁਕਰੀਆ ਆਡੀਅੰਸ ਦਾ ਜਿਨ੍ਹਾਂ ਨੇ ਵੋਟਸ ਪਾਈਆਂ ਅਤੇ ਜਿਹੜੇ ਅਵਾਰਡਸ ਤੁਸੀਂ ਕਹਿੰਦੇ ਹੋ ਵੀ ਉਹ ਜਿੱਤੇ ਅਤੇ ਉਹਨਾਂ ਨੇ ਅਵਾਰਡਸ ਕਰਕੇ ਸਾਰਾ ਕੁਛ ਹੋਇਆ। ਥੈਂਕ ਯੂ ਸਾਰਿਆਂ ਦਾ। ਤੁਹਾਨੂੰ ਬੈਸਟ ਐਲਬਮ, ਬੈਸਟ ਇੰਟਰਨੈਸ਼ਨਲ ਐਕਟ, best lyricist and best track of the year ਮਿਲਿਆ ਆ। ਸੋ ਇੰਨੇ ਸਾਰੇ ਅਵਾਰਡ ਮੈਂ ਸੋਚ ਰਿਹਾ ਸੀਗਾ, ਮੈਂ ਟੋਨੀ ਵੀਰ ਨੂੰ ਵੀ ਕਿਹਾ ਸੀ ਮੈਂ ਬਾਈ ਜੇ ਹੁਣ ਇੱਕ ਅੱਧਾ ਗੇੜਾ ਲਵਾਉਣਾ ਮੈਨੂੰ ਇੱਥੇ ਹੀ ਬਿਠਾ ਲਓ ਕਿਉਂਕਿ ਵਾਰੀ ਵਾਰੀ ਆਇਆ ਜਾਇਆ ਨਹੀਂ ਜਾਂਦਾ। ਬਹੁਤ ਬਹੁਤ ਥੈਂਕ ਯੂ ਅਤੇ ਵਧੀਆ ਲੱਗਦਾ ਯਾਰ ਅਤੇ ਸਾਰੇ ਇੰਨਾ ਪਿਆਰ ਕਰਦੇ, ਇੰਨਾ ਵਧੀਆ ਰਿਸਪੌਂਸ ਦਿੱਤਾ ਵੋਟਿੰਗ। ਬਾਕੀ ਵੀ ਸਾਰੇ ਵਧੀਆ ਸੀਗੇ, ਉਹਨਾਂ ਨੂੰ ਵੀ ਬੈਸਟ ਆਫ ਲੱਕ ਨੈਕਸਟ ਈਅਰ ਵਾਸਤੇ। ਮੈਂ ਗੱਲ ਕਰ ਰਹੀ ਸੀਗੀ ਕਿ ਵੈਂਬਲੀ ਦਾ ਸਫ਼ਰ ਕਈ ਵਾਰ ਅਰਸੇ ਲੱਗ ਜਾਂਦੇ ਨੇ ਵੈਂਬਲੀ ਤੱਕ ਪਹੁੰਚਣ ਲਈ। ਤੁਹਾਨੂੰ 2 ਸਾਲਾਂ ਦੇ ਵਿੱਚ ਵੈਂਬਲੀ ਦੇ ਵਿੱਚ ਪਰਫੋਰਮ ਕਰਨ ਨੂੰ ਮਿਲਿਆ। ਬਿਓਨਸੇ, ਗੋਰਿਆਂ ਦੇ ਕਈ ਸਿੰਗਰ ਨੇ ਜਿਹੜੇ ਉੱਥੇ ਪਰਫੋਰਮ ਕੀਤੇ, ਆਪਣੇ ਬਹੁਤ ਪੰਜਾਬੀ ਕਲਾਕਾਰ ਲੈਜੈਂਡਰੀ। ਜੀ ਬਹੁਤ ਵਧੀਆ ਲੱਗਿਆ ਮੈਡਮ। ਮੈਂ ਤੁਹਾਨੂੰ ਦੱਸਦਾ ਹੀ ਸੀਗਾ ਵੀ ਮੇਰੇ ਲਈ ਵੀ ਹਰੇਕ ਸ਼ੋਅ ਹੀ ਵੈਂਬਲੀ ਹੁੰਦਾ ਜੀ, ਭਲਾ ਨਹੀਂ ਉਹ ਪਿੰਡ ਵਾਲੇ ਗਰਾਊਂਡ ਦੇ ਵਿੱਚ ਲੱਗਿਆ ਹੋਵੇ ਕਿਉਂਕਿ ਪਿਆਰ ਹੁੰਦਾ ਜੀ ਐਟ ਦੀ ਐਂਡ ਹੈ ਨਾ। ਸਟੇਜਾਂ ਜਾਂ ਪਲੇਸਿਸ ਕਦੇ ਬੰਦੇ ਨੂੰ ਮਹਾਨ ਨਹੀਂ ਬਣਾਉਂਦੇ ਤਾਂ ਲੋਕ ਬਣਾਉਂਦੇ, ਜੇ ਇੰਨਾ ਇਕੱਠ ਹੋਇਆ ਤਾਂ ਵੈਂਬਲੀ ਹੋਇਆ ਹੈ ਨਾ ਜੀ। ਅਤੇ ਬਸ ਲੋਕਾਂ ਦੀ ਥੈਂਕ ਯੂ ਹੈ ਜੀ ਜਿਹੜੇ ਇੰਨਾ ਪਿਆਰ ਕਰਦੇ ਨੇ। ਹਾਂਜੀ ਹਾਂਜੀ ਐਂਡ ਆਫ ਕੋਰਸ ਤੁਸੀਂ ਥੋੜ੍ਹਾ ਜਿਹਾ ਆਪਣੇ ਬੈਕਗਰਾਊਂਡ ਬਾਰੇ ਦੱਸੋ। ਮੂਸਾ ਪਿੰਡ ਤੋਂ ਤੁਸੀਂ ਬਿਲੋਂਗ ਕਰਦੇ ਹਾਂ, ਅਕਸਰ ਤੁਹਾਡੇ ਗੀਤਾਂ ਦੇ ਵਿੱਚ ਵੀ ਉਹ ਤੁਹਾਡਾ ਨਾਮ ਹੀ ਪਹਿਚਾਣ ਤੁਹਾਡੀ ਪਿੰਡ ਤੋਂ ਆ ਜੀ। ਸੋ ਕਿੱਥੋਂ ਤੁਸੀਂ ਸ਼ੁਰੂਆਤ ਕਿੱਦਾਂ ਕੀਤੀ, ਕਿਵੇਂ ਤੁਸੀਂ ਸੰਗੀਤ ਦਾ ਸਫ਼ਰ ਤੁਹਾਡਾ ਕਿਵੇਂ ਸ਼ੁਰੂ ਹੋਇਆ? ਲਿਖਾਈ ਦਾ ਜਿਹੜਾ ਤੁਸੀਂ ਲੇਖਕ ਆ ਪਹਿਲਾਂ ਜੀ ਉਹਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਮੈਡਮ ਵਧੀਆ, ਮੈਂ ਗਾਉਂਦਾ ਤਾਂ ਪਹਿਲੇ ਤੁਹਾਨੂੰ ਹੀ ਸੀਗਾ ਜੀ ਅਤੇ ਸਕੂਲ ਟਾਈਮ 'ਤੇ ਹੀ 5th ਕਲਾਸ ਤੋਂ ਗਾਉਂਦਾ ਸੀਗਾ ਅਤੇ ਆਫਟਰ ਡੈਟ ਹੀ ਜਦੋਂ ਮਾੜਾ ਮੋਟਾ ਮੈਨੂੰ ਸੀਗਾ ਵੀ ਮੈਂ ਗਾਣਾ ਕਰਾਂ, ਮੈਂ ਉਹ ਸਿਚੁਏਸ਼ਨ ਇੱਕ ਤੋਂ ਪਹਿਲਾਂ ਵੀ ਦੱਸੀ ਹੋਈ ਮੈਨੂੰ। ਬਸ ਮੇਰੀ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਸੀ ਲਾਈਫ ਦੇ ਵਿੱਚ ਵੀ ਜਿਹਦੇ ਕਰਕੇ ਮੈਨੂੰ ਆਪ ਨੂੰ ਲਿਖਣ ਦੀ ਮਜਬੂਰ ਹੋਣਾ ਪਿਆ ਅਤੇ ਫਿਰ ਮੈਂ ਲਿਖਣਾ ਸਟਾਰਟ ਕਰਤਾ ਅਤੇ ਹੌਲੀ ਹੌਲੀ ਪਹਿਲਾਂ ਮੈਂ 1-2 ਸਿੰਗਰਾਂ ਨੂੰ ਗਾਣੇ ਦਿੱਤੇ ਅਤੇ ਉਹ ਵਧੀਆ ਚੱਲ ਗਏ ਅਤੇ ਉਦੋਂ ਬਾਅਦ ਬਸ ਸਿਸਟਮ ਹੋ ਗਿਆ ਜਿੰਨਾ ਵੀ ਹੈਗਾ ਵਧੀਆ ਚੱਲ ਜਾਂਦਾ ਸਾਰਾ ਕੁਛ। ਪੜ੍ਹੇ ਹੈਗੇ ਕੀ ਆ ਤੁਸੀਂ? ਪੜ੍ਹੀ ਵੀ ਆ ਤੁਸੀਂ? ਟੋਰਾਂਟੋ ਵਿੱਚ ਵੀ ਗਏ ਸੀ ਪੜ੍ਹਾਈ ਕਰ? ਜੀ ਮੈਂ ਇਲੈਕਟ੍ਰੀਕਲ ਇੰਜੀਨੀਅਰ ਆਈ, ਮੈਂ ਇੰਜੀਨੀਅਰਿੰਗ ਕੀਤੀ ਹੈਗੀ ਅਤੇ ਉਹ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਗਾ ਹੰਬਰ ਤੋਂ ਅਤੇ ਪੜ੍ਹਿਆ ਹੈਗੇ ਪਰ ਬਸ ਠੀਕ ਹੀ ਸੀਗੇ ਪੜ੍ਹਾਈ 'ਚ ਹੀ ਵੀ ਕਦੇ 70 ਤੋਂ ਘਟੇ ਨਹੀਂ, 70 ਤੋਂ ਵਧੇ ਨਹੀਂ ਅਤੇ 60 ਤੋਂ ਘਟੇ ਨਹੀਂ ਹੈਗੇ ਅਤੇ ਵਧੀਆ ਸੀਗਾ ਸਾਰਾ ਕੁਛ ਜਿੰਨਾ ਵੀ ਸੀਗਾ ਸਫ਼ਰ ਕਿਉਂਕਿ ਮੇਨ ਇੰਟਰਸਟ ਮੇਰਾ ਸੀਗਾ ਸਟੱਡੀ ਇਹਦੇ 'ਚ ਗਾਉਣ ਵਜਾਉਣ 'ਚ ਹੀ ਸੀਗਾ ਅਤੇ ਬਸ ਫਿਰ ਇੱਧਰਲੀ ਫੀਲਡ 'ਚ ਹੀ ਹੈਗਾ ਇਹ ਪੇਸ਼ਾ ਬਣ ਗਿਆ। ਤੇ ਸਟੂਡੈਂਟ ਲਾਈਫ ਕਿਵੇਂ ਦੀ ਰਹੀ ਤੁਹਾਡੀ? ਸਟੂਡੈਂਟ ਤੁਸੀਂ ਕਿਹੜੇ ਸਟੂਡੈਂਟ ਸੀਗੇ? ਤੁਸੀਂ ਚੰਗੇ ਸਟੂਡੈਂਟ ਸੀ ਜਾਂ ਸ਼ਰਾਰਤੀ? ਮੈਂ ਤੁਹਾਨੂੰ ਉਹੀ ਨਹੀਂ, ਸ਼ਰਾਰਤੀ ਨਹੀਂ ਜੀ, ਮੈਂ ਤਾਂ ਬਹੁਤ ਸੌ ਹੁੰਦਾ ਸੀ ਕਾਲਜ ਟਾਈਮ ਵੀ ਸਕੂਲ ਟਾਈਮ ਵੀ ਅਤੇ ਸਾਰੇ ਇਹੀ ਕਹਿੰਦੇ ਨੇ ਵੀ ਕਿਵੇਂ ਵੀ ਪਰਸਨੈਲਿਟੀ ਚੇਂਜ ਇੰਨਾ ਜਾਂ ਕੁਛ, ਪਰ ਆਪਾਂ ਕਾਲਜ ਸਕੂਲ ਦੇ ਵਿੱਚ ਠੀਕ ਸੀਗੇ ਵੀ ਉਹੀ ਗੱਲ ਜੀ 70 ਤੋਂ ਕਦੇ ਮੈਂ ਵਧਿਆ ਨਹੀਂ, 60 ਤੋਂ ਕਦੇ ਘਟਿਆ ਨਹੀਂ, ਬਸ ਇੰਨੇ ਕੁ ਵਿਚਾਲੇ ਸੀਗਾ ਅਤੇ ਬਸ ਮਾੜਾ ਮੋਟਾ ਪੜ੍ਹ ਲਈਦਾ ਸੀਗਾ ਟਾਈਮ 'ਤੇ ਅਤੇ ਵਧੀਆ ਸੀਗਾ ਜੀ ਸਾਰਾ ਕੁਛ। ਸਟੂਡੈਂਟ ਫੇਜ਼ ਬਹੁਤ ਵਧੀਆ ਰਿਹਾ ਲਾਈਫ ਦਾ ਜੀ, ਹਜੇ ਵੀ ਆਪਾਂ ਯਾਦ ਕਰਦੇ ਵੀ ਜੇ ਹੈ ਨਾ ਹੁਣ ਉਦੋਂ ਉਹ ਟਾਈਮ ਹੁਣ ਇੱਕ ਦੁਬਾਰੇ ਆ ਜਾਏ ਤਾਂ ਆਪਾਂ ਹੈ ਨਾ ਜ਼ਰੂਰ ਵੀ ਉਹ ਕਾਲਜ ਦੇਖ ਕੇ ਆਈਏ ਦੁਬਾਰੇ। ਫਿਰ ਸਭ ਤੋਂ ਫੇਵਰੇਟ ਜਗ੍ਹਾ ਤੁਹਾਡੀ ਆਲ ਜਿੱਦਾਂ ਸਾਰਿਆਂ ਵਿੱਚੋਂ ਕਿਹੜੀ ਸੀਗੀ ਸੋ ਫਾਰ? ਫੇਵਰੇਟ ਤਾਂ ਜੀ ਜਿੱਥੇ ਆਪਾਂ ਰਹਿੰਦੇ ਹਾਂ ਪਿਆਰ ਤਾਂ ਪਿਆਰ ਤਾਂ ਆਪਣਾ ਕੈਨੇਡਾ ਹੀ ਹੈ ਜੀ, ਪਰ ਸਭ ਤੋਂ ਜ਼ਿਆਦਾ ਵਧੀਆ ਫੀਲ ਕਿੱਥੇ ਹੁੰਦਾ ਵੀ ਹੋਮਲੀ ਫੀਲ ਹੁੰਦਾ ਹੈਗਾ ਜਾ ਕੇ ਆਸਟ੍ਰੇਲੀਆ ਜੀ ਕਿਉਂਕਿ ਉੱਥੇ ਮੇਰੇ ਰਿਲੇਟਿਵ ਕੁਛ ਇਹੋ ਜਿਹੇ ਨੇ ਅਤੇ ਬੰਦੇ ਸਾਰੇ ਪੋਜ਼ੀਟਿਵ ਵਾਈਬਸ ਵਾਲੇ ਅਤੇ ਸਾਰੇ ਉੱਦਾਂ ਵੀ ਇੱਥੇ ਵੀ ਘੈਂਟ ਨੇ ਸਾਰੇ, ਪਰ ਉੱਥੇ ਜਾ ਕੇ ਥੋੜ੍ਹਾ ਜਿਹਾ ਵਧੀਆ ਫੀਲ ਹੁੰਦਾ ਵੀ ਜਿਵੇਂ ਆਪਣੇ ਘਰੇ ਆ ਗਏ ਅਤੇ ਉੱਥੇ ਸ਼ੋਅਜ਼ ਵਗੈਰਾ ਤੁਸੀਂ ਦੇਖੀ ਹੈ ਸਾਰੇ ਬਹੁਤ ਵਧੀਆ ਗਏ। ਤੋ ਤੁਸੀਂ ਗੱਲ 'ਤੇ ਟੱਚ ਅਪ ਕਰ ਹੀ ਲਿਆ 47 ਵਾਸ ਬਿਗੈਸਟ ਟ੍ਰੈਕ ਰਾਈਟ ਨਾਓ ਯੂਕੇ ਦੇ ਵਿੱਚ ਟੌਪ ਟ੍ਰੈਂਡਿੰਗ ਸੀਗਾ। ਇਟ ਵਾਸ ਪਲੇਇੰਗ ਔਨ ਸਮ ਆਫ ਦ ਮੀਡੀਆ ਪਲੈਟਫਾਰਮਸ ਲਾਈਕ ਵੈਰੀ ਇਨਸੇਨ ਬਿਗ ਮੀਡੀਆ ਪਲੈਟਫਾਰਮਸ। ਸੋ ਉਹਦਾ ਸਾਰਾ ਲਾਈਕ ਯੂ ਨੋ ਕੰਬੀਨੇਸ਼ਨ ਕਿਵੇਂ ਬਣਿਆ ਉਹ ਸਾਰਾ? ਹਾਊ ਡਿਡ ਇਟ ਕਮ ਅਲੋਂਗ? ਐਜ਼ ਵੀ ਨੋ ਕਿ ਐਕਚੁਅਲੀ ਬ੍ਰਿਟੇਨੀਆ 'ਤੇ ਹੀ ਤੁਸੀਂ ਸਟੀਓ ਬੈਂਗਲਸ ਨੂੰ ਮਿਲੇ ਸੀ, ਸੋ ਹਾਊ ਵਾਸ ਦੈਟ? ਐਕਚੁਅਲੀ ਮੈਂ ਸਾਰੇ ਆਪਣੇ ਨਾ ਅਕਾਊਂਟਸ ਵਗੈਰਾ ਕੋਸ਼ਿਸ਼ ਕਰਦਾ ਹੁੰਦਾ ਮੈਂ ਆਪ ਹੀ ਚਲਾਵਾਂ, ਕਈ ਵਾਰੀ ਜਦੋਂ ਮੈਂ ਬਿਜ਼ੀ ਹੁੰਦਾ ਉਦੋਂ ਜਾਂ ਕੋਈ ਮੇਰਾ ਦੋਸਤ ਮਿੱਤਰ ਉਹਨਾਂ ਨੂੰ ਹੈਂਡਲ ਕਰਦਾ ਸਾਰਾ ਕੁਛ, ਪਰ ਮੋਸਟ ਆਫ ਦਾ ਟਾਈਮ ਮੈਂ ਆਪ ਹੀ ਯੂਜ਼ ਕਰਦਾ। ਅਤੇ ਫਿਲਮਫੇਅਰ ਅਵਾਰਡ 'ਤੇ ਆਉਣਾ ਸੀਗਾ ਮੈਂ टोनी वीर होने ने बुलाया तो मैं चलो मैं फ्री सी मैं आ गया बरियाना मैं परफॉर्म किया तो उत्थे मैंने बैंगल्स मिले तो बैंगल्स मेरे को भी भाजी भी इदा करके भी असं भी म्यूजिक करते हैं पर साड़ा थोड़ा जोनर हो रहा असं इतने यूके हिप हॉप के है ना मेन स्ट्रीम हिप हॉप करते हैं तो मैं तो हिप हॉप न बहुत ज़्यादा कनैक्टड हाँ शुरू तो ना डे वन तो जो मैनू बाई मिले तो मैनू कहना वीरे भी मैं थोड़ा टैक्स भी किए इंस्टाग्राम पर या इदा कुछ फिर मैं चैक किए इंस्टाग्राम पर मेरी एक दो बारी बाई नाल गल भी हुई हुई सी पर मैनू पता नहीं सीगा भी कौन ने तो जो मैं बाद चों देखा उन्होंने प्रोफाइल खोली तो मैं देखे उन्होंने गाने काफ़ी वड्डे वड्डे है ना वधिया वधिया आर्टिस्ट जो तो मेन स्ट्रीम आर्टिस्ट ने है ना तो वो चाहते थे तो जो उन्होंने मैं अपना आइडिया दस्या भी वीरे मैं पंजाबी जो अपना पंजाबी कल्चर हैगा उन्होंने इतने मेन स्ट्रीम च लैके आना चाहना तो भी आप मैं ब्रो भी मैं पहली गल तो बंदा ही बहुत वधिया लगे बैंगल्स तो बहुत घैंट इंसान आ मैं ब्रो ठीक है भी तुम आ जाओ कैनेडा आ जाओ तो फिर मिस दा म्यूजिक मैं पहला भी सुनिया सीगा ईवन बैंगल्स जो मैं बैंगल्स नाल गल हुई तो उदों एक दो दिन पहले ही मैं कुदरती गाना सुनया सीगा मिस दे ते मैनू मिस दा म्यूजिक वधिया लगदा सी ते जदों फिर सारी गलबात हुंदी रही तो ये कहंदे भी असीं टोरंटो आउणा तो फिर मैं हाँ जो तो मेरा बर्थडे सीगा उदों 11 जून के नेड़े-तेड़े आए सीगे बाई हुणे उदों बर्थडे बुर्डे भी सैलीब्रेट किया थोड़ा बहुत म्यूजिक तो बैठे उठे भी कि एक दूजे के जोनर समझे तो बस उदां ही ये गाना बन गया उत्थे जी थोड़े दो बोल जी तुसीं गा दो हाँ जी हाँ जी ਉਹ ਗਾਣਾ ਸੀਗਾ ਤਾਂ 6 ਫੁੱਟ ਦਾ ਜੁੱਸਾ ਨਹੀਂ ਰਹਿੰਦਾ ਬਹਿਰ ਨਾ ਮੂਰੇ ਤਣਿਆ ਮੇਰੇ ਪੁਰਖੇ ਦੱਸਦੇ ਨੇ ਨੀ ਮੈਂ ਲੜਨੇ ਲਈ ਹੀ ਬਣਿਆ ਗਾਉਣੇ ਤੋਂ ਮਾਰਨੇ ਤਈ ਨੀ ਮੈਂ ਕੰਮ ਜਾਣਦਾ ਸਾਰੇ ਮੇਰੇ ਵਹਿਰੀ ਕਹਿੰਦੇ ਨੇ ਮੈਨੂੰ ਫੋਟੀ ਸਾਈਵਣ ਦੀ ਮੁਟਿਆਰੇ ਤੁਹਾਡਾ ਬਹੁਤ ਵਧੀਆ ਰਿਹਾ ਤੁਹਾਡਾ ਗੀਤ ਬਹੁਤ ਵਧੀਆ ਜਾ ਰਹੇ ਨੇ ਤੇ ਆਫ ਕੋਰਸ ਅਸੀਂ ਬਹੁਤ ਹੀ ਜ਼ਿਆਦਾ ਉਮੀਦ ਕਰਦੇ ਹਾਂ ਕਿ ਤੁਹਾਡੇ ਬਹੁਤ ਹੀ ਹੋਰ ਗੀਤ ਵਧੀਆ ਵਧੀਆ ਆਉਣਗੇ ਤੇ ਉਮੀਦ ਕਰਦੇ ਹਾਂ ਕੰਟਰੋਵਰਸੀਜ਼ ਤੋਂ ਦੂਰ ਹੀ ਰਹੋਗੇ ਤੁਸੀਂ ਅਗਲੇ ਕੋਸ਼ਿਸ਼ ਕਰੀ ਦੀ ਕੰਟਰੋਵਰਸੀ ਆਪ ਨਹੀਂ ਕ੍ਰੀਏਟ ਕਰਦੇ ਬਸ ਪਤਾ ਹੀ ਲੱਗਦਾ ਵੀ ਹਨਾ ਆ ਹੋ ਗਿਆ ਉਹ ਹੋ ਗਿਆ ਨਾ ਕਿਉਂਕਿ ਟਾਈਮ ਪਰਮਾਤਮਾ ਨੇ ਟਾਈਮ ਇੰਨਾ ਵਧੀਆ ਦਿੱਤਾ ਹੋਇਆ ਜੀ ਤੇ ਕੰਮ ਤੋਂ ਹੀ ਨਹੀਂ ਵੇਲ ਮਿਲਦੀ ਸਾਧਨ ਹਨਾ ਤੇ ਬੰਦਾ ਬਿਜ਼ੀ ਹੀ ਚਾਹੀਦਾ ਤੇ ਮੈਂ ਤਾਂ ਵੀ ਮੈਨੂੰ ਬਲੈਸਿੰਗ ਹੈ ਮੇਰੇ ਪਰਮਾਤਮਾ ਨੇ ਬਲੈਸਡ ਹੈ ਪਰਮਾਤਮਾ ਬੰਨਿਓ ਵੀ ਇੰਨਾ ਵਧੀਆ ਸਾਰਾ ਕੁਝ ਚੱਲ ਰਿਹਾ ਤੁਸੀਂ ਖੁਦ ਕਹਿੰਦੇ ਆ ਕਿ ਤੁਸੀਂ ਬਹੁਤ ਜਿੱਦਾਂ ਬਹੁਤ ਥੱਲਿਓਂ ਉੱਠ ਕੇ ਆਏ ਆ ਤੇ ਫਿਰ ਉਸ ਚੀਜ਼ ਦੀ ਅਹਿਮੀਅਤ ਤੁਹਾਡੇ ਲਈ उस चीज़ की अहमियत तुसीं कित्थे क रखदे हो अपने दिल दे विच मैडम मेरे तो 24 घंटे मेरे याद मेरे दिल च ही रहिंदा जी मेरा घर मेरा पिंड है ना जी क्योंकि वो अपनी औकात आ ते बहुत वधिया लगता मैडम कई बार सिचुएशन इहो जी आउंदी भी डामाडोल होंदे है ना भी यार नहीं है ना भी इदां क्यों हो रहा उदां क्यों हो रहा जो फिर बैकएंड ते देखदे भी यार आपां उत्थों उठ के आए ना तो बड़ा वधिया लगता भी यार 2 सालों के विच आपां इन्ना कुछ कीता ते वो एक काइंड ऑफ पॉजिटिव वाइब आ जो सारी चीज़ों नैगेटिव चीज़ों पर लेके जाती है ना तो वधिया लगता जी माँ बाप खुश होंगे ने जब तुसीं घरे वापस जाते हैं आंटी अंकल जी खुश होंगे ने सब सारे वधिया खुश ही होंगे हुण तो मोस्ट ऑफ द टाइम मम्मा पापा नाल ही होंगे मेरे तो जे मम्मा ना होण तां पापा होंगे पापा ना होण तां मम्मा होंगे है ना तो हुण मैं पिछे शूट कीती सी कैनेडा मूवी उदों मम्मा नाल सीगे तो मैं क्योंकि हुण मैं कोशिश करता हूँ मैं पेरेंट्स नूं नाल ही रखदा ठीक है तो क्योंकि होर ही एनर्जी नहीं है ना जदों मैं इन्हां तों दूर हुंदा तां माड़ा मोटा मैं थोड़ा डामाडोल हो जांदा फिर मैं कोशिश करदा कि इन्हां नूं नाल ही रखां सिद्धू मूसेवाले दी सब तो मनपसंद खाण वाली चीज़ केड़ी है तुसीं की खाना पसंद करदे हो मेरा कोई मैं खाण पीण दा जां कोई कपड़े लेड़े दा मैनूं शौक नहीं हैगा जी अच्छा हाँ ये बस मैं जो मिल गया जी बस भुखे नूं सारा पा रही है जी सब तो चीज़ रोटी पसंद होगी जी मैं वेजीटेरियन नहीं मैं वेजीटेरियन सब्जी कोई मनपसंद सब्जी होगी मैडम कुछ भी मिल जाए अच्छा कोई भी सब्जी ठीक है मैडम तो आनंद दिता ही इन्ना भी जा कि कपड़ा पाउणा जां कुछ होर मैनूं शौक ही नहीं हैगा जी काफ़ी सादी जिंदगी तुसीं जींदे मैडम वधिया लगदा जी मैनूं हाँ जी क्यों ब्रांडा ब्रूंडा तो आपां ही दूर ही हैं जी बस जोड़ा जो किसी हम आ कपड़े भी इवन पाए किसी ने गिफ्ट की हुई है पेंट किसी ने शर्ट बस इदा ही इकट्ठे करके पा ली दे हाँ यार इदा ही पग्गां पुग्गां मम्मा लिया आंदे ने मैनूं तां इदा हुंदा नहीं भी जा मैं आ रंग नाल आ चीज़ पाउणी ओहदे नाल ओह चीज़ पाउणी ध्यान ही नहीं हुंदा जी बस म्यूजिक म्यूजिक च ही लगे रहंदा